सो वेलकम बैक गाइस, की हाल चाल, सब तो फुल सारे वधिया होंगे। सिद्धू मूसेवाला इटली वाला लाइव शो 2019 दा, आज देखिए, लेट्स स्टार्ट। आज नहीं, आज
ਮੈਨੂੰ ਬੜੇ ਬੰਦੇ ਕਿਹਾ ਬਾਈ ਤੂੰ ਬੋਲਦਾ ਨੀ ਬਾਈ ਅਖੀਰੀ ਗੱਲ ਕਰਨ ਲੱਗਿਆ ਅੱਜ ਸੁਣ ਲਓ ਸਾਰਿਆਂ ਨੂੰ ਕਹਿਣਾ ਵੀਰੇ ਕਿਸੇ ਨਾਲ ਨਫ਼ਰਤ ਨਹੀਂ ਕਿਸੇ ਨੂੰ ਕੋਈ ਰੱਬਣਾ ਹੀ ਨਹੀਂ ਇਹ ਤੋਂ ਬਾਅਦ ਆਹ ਲਾਸਟ ਗੱਲ ਹੈ ਸੁਣਾਉਣ ਲੱਗਿਆ ਆਹ ਦੋ ਦਿਨ ਪਹਿਲਾਂ ਦੀ ਆਹ ਦੋ ਮਹੀਨੇ ਪਹਿਲਾਂ ਦੀ ਸਿਚੁਏਸ਼ਨ ਆ ਸੁਣਾਉਣ ਲੱਗਿਆ ਕਹਿੰਦਾ ਦੋ ਵਕਤਾਂ ਦੀ ਰੋਟੀ ਦਾ ਤਾਂ ਦਿੱਤੀ ਵਧੀਆ ਪਤਾ ਨੀ ਕਿਉਂ ਮੇਰੇ ਸਾਰੇ ਵਾਦ ਪੈਂਦੇ ਨੇ ਉਹ ਜਦੋਂ ਕੋਈ ਆਪਣਾ ਨੀ ਗੀਤ ਚੱਲਦਾ ਉਹ ਫਿਰ ਗੀਤ ਆਵਦੇ ਦਾ ਵਿੱਚ ਨਾ ਬਲੀਦੇ ਨੇ ਵੇਲਾ ਨੀ ਜਵਾਬ ਦੇਵਾਂ ਹਰ ਗੱਲ ਦਾ ਵੇਲਾ ਨੀ ਜਵਾਬ ਦੇਵਾਂ ਹਰ ਗੱਲ ਦਾ ਮਿੰਟ ਦਾ ਨੀ ਟਾਈਮ ਗੱਲ ਸੱਚ ਕਹਿੰਦਾ ਆ ਫ੍ਰੀ ਵਿੱਚ ਭਾਲਦੇ ਹੋ ਫੇਮ ਸਾਰੇ ਹੋ ਜੱਟ ਬੇਇੱਜ਼ਤੀ ਕਰਨ ਦੇ ਕੀ ਪੈਸੇ ਕਹਿੰਦਾ ਹੁਣ ਮੈਂ ਪੁੱਤਰ ਬੁਲਾਈ ਮਿਲਨੇ ਹੋ ਜੱਟ ਬੇਇੱਜ਼ਤੀ ਕਰਨ ਦੇ ਵੀ ਪੈਸੇ ਸਾਡੇ ਖਿਲਾਫ਼ ਸਾਜ਼ਿਸ਼ਾਂ ਕਰਨ ਨੂੰ ਬੈਠੇ ਹੋਏ ਫਿਰਦੇ ਸਾਨੂੰ ਕੀ ਬਣਵਾ ਸਾਡਾ ਰੱਬ ਹੈਗਾ ਰੱਬ ਨਾਲ ਉਸੇ ਹੋਰ ਜਿਹੜਾ ਮਰਜ਼ੀ ਆ ਮੈਂ ਸੁਣਿਆ ਵਿਆਹ ਦੇ ਉੱਤੇ ਇਕੱਠੇ ਹੋਏ ਸੀ ਸੱਚੀ ਗੱਲ ਹੈ ਜੋ ਦੁਨੀਆ ਯਾਦ ਰੱਖਦੀ ਹੈ ਵਿਆਹ ਸਾਨੂੰ ਪਤਾ ਹੀ ਹੈ ਕਿਹਦਾ ਸੀਗਾ ਚੀਟ ਐਮ ਡਾਟ 3 ਆਪਰੇਟਰਾਂ ਨੇ ਰਲ ਕੇ ਸਲਾਹ ਕੀਤੀ ਆ ਕਹਿੰਦੇ ਵੇਟਰ ਨਾਲ ਚਿੱਟੇ ਚਿੱਟੇ ਸੂਟ ਸੀ ਲਾ ਰਿਹਾ ਸੀ ਬਾਣੀ ਸ ਦੁਨੀਆ ਬੋਲਣਾ ਹੋਇਆ ਉਹ ਹਿੱਟ ਜੀ ਦੀ ਉਹਨੇ ਲਾ ਪਾ ਕੀਤੀ ਆ ਆਨਲਾਈਨ ਬੋਲਦੇ ਕਿਸੇ ਬਾਈ ਇੱਕ ਗੱਲ ਤੁਹਾਨੂੰ ਦੱਸਾਂ ਕਿਸੇ ਦਾ ਕਿਸੇ ਨਾਲ ਕੋਈ ਵੈਰ ਨਹੀਂ ਸਾਰੇ ਸਾਰੇ ਆਨਲਾਈਨ ਗੇਮਾਂ ਖੇਡਣ ਨੂੰ ਫਿਰਦੇ ਵੀ ਉਹਨੂੰ ਗੱਲ ਕੱਢਣ ਦਾ ਸੌਂਕ ਫੋਲੋ ਟਾਉਣਗੇ ਉਹਨੂੰ ਪਤਾ ਹਜ਼ਾਰ ਕਰਾਉਗੇ ਆਨਲਾਈਨ ਤਾਂ ਹੀ ਬੋਲੋ ਹਟ ਗਏ ਬਾਈ ਤੇ ਇੱਕ ਵਾਰ ਬੋਲਣਾ ਨਹੀਂ ਅੱਜ ਲਾਸਟ ਗੱਲ ਸੀ ਆ ਕਹਿੰਦਾ ਉਹ ਆਨਲਾਈਨ ਥੋੜ੍ਹਾ ਜਿਹਾ ਸਿਆਣਾ ਹੋਇਆ ਆ ਉਹ ਆਫਲਾਈਨ ਮਿਲੋ ਜਮਾਂ ਚੱਲਾ ਮਿਲੂੰਗਾ ਕਹਿੰਦਾ ਚੇਲੇ ਹਸਪਤਾਲ ਤੁਸੀਂ ਇਕੱਠੇ ਹੋ ਜਾਓ ਸਾਰੇ ਉਹ ਜੱਟ ਦੀ ਜਵਾਨ ਜਮਾਂ ਕੱਲਾ ਮਿਲੂੰ ਜੜਦੀ ਜਵਾਨ ਜਵਾ ਕੱਲਾ ਕਹਿੰਦਾ ਮਿੱਠਿਆ ਗਰੁੱਪਾਂ ਵਿੱਚ ਭੇਡਾਂ ਹੁੰਦੀਆਂ ਮਿੱਠਿਆ ਗਰੁੱਪਾਂ ਵਿੱਚ ਭੇਡਾਂ ਹੁੰਦੀਆਂ ਸ਼ੇਰ ਦਿਨੋਂ ਅਣਖੀ ਦਾ ਕੱਲਾ ਰਹਿੰਦਾ ਆ ਉਹ ਫ੍ਰੀ ਵਿੱਚ ਭਾਲਦੇ ਉਹ ਫੇਮ ਸਾਰੇ ਹੋਏ ਜੱਟ ਬੇਇੱਜ਼ਤੀ ਕਰਨ ਦੇ ਵੀ ਫੇਰ ਬੱਚੇ ਕਮਰਾ ਕਰੋ ਤੇ ਜਿਹੜੇ ਕਹਿੰਦੇ ਵੀ ਉਹ ਬਿਗੜ ਉਹ ਸੁਧਰ ਗਿਆ ਤੇ ਅਸੀਂ ਵਿਗੜ ਗਏ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਕਹਿੰਦਾ ਵਿਗੜੇ ਦਾ ਪੀਰ ਵੱਜੇ ਮੂਸੇ ਵਾਲਾ ਹੋਏ ਕਹਿੰਦਾ ਵਿਗੜੇ ਦਾ ਪੀਰ ਮੂਸੇ ਵਾਲਾ ਵੱਜਦਾ ਟੇਕ ਲੈ ਤੂੰ ਮੱਥਾ ਜੇ ਹਜੇ ਟੇਕ ਕੇ ਆਣੀ ਹੋਏ ਸਾਰੇ ਕੁੜਤਾ ਪੰਜਾਬ ਚ ਦਿਖਾਉਂਦੇ ਫਿਰਦੇ ਥੱਲੇ ਲਿਬੜਿਆ ਪੰਜਾਬਾ ਤੁਸੀਂ ਦੇਖ ਕੇ ਪੁਰਾਣਾ ਜੋ ਆ ਤੁਹਾਨੂੰ ਮੈਂ ਉਸ ਹਿਸਾਬ ਨਾਲ ਫੀਲ ਨਾਲ ਕਰ ਰਿਹਾ ਕਿਤੇ ਹੋਰ ਪਾਸੇ ਨਾਲ ਲੈ ਜਾਵਾਂ ਉਹ ਕਿਹੜਾ ਸ਼ਹਿਰ ਫਿਰਦੇ ਹੋ ਸਾਫ ਕਰਦੇ ਕਿਹੜਾ ਸ਼ਹਿਰ ਫਿਰਦੇ ਹੋ ਸਾਫ ਕਰਦੇ ਤੁਹਾਡਾ ਸੱਜਣਾ ਸ਼ੀਕ ਮੂਸੇ ਪਿੰਡ ਰਹਿੰਦਾ ਫ੍ਰੀ ਵਿੱਚ ਭਾਲਦੇ ਹੋ ਫੇਮਸ ਵਾਲੇ ਹੋਏ ਜੱਟ ਬੇਇੱਜ਼ਤੀ ਕਰਨ ਦੇ ਵੀ ਜੱਟ ਬੇਇੱਜ਼ਤੀ ਕਰਨ ਦੇ ਵੀ ਆ ਜਿਹੜੀਆਂ ਰੀਸ ਰੀਸ ਐਂਟਰੀਆਂ ਹੋ ਰਹੀਆਂ ਗੱਡੀਆਂ ਇਕੱਠੀਆਂ ਕਰਕੇ ਵੀਰੇ ਮੈਂ ਕਿਸੇ ਨੂੰ ਫੋਨ ਕਰਕੇ ਗੱਡੀ ਨੂੰ ਨਹੀਂ ਸੱਦਿਆ ਆਪਣੇ ਭਰਾ ਜੀ ਨਾਲ ਬਹੁਤ ਸੀ ਤਾਂ ਆਏ ਸੀ ਮੈਂ ਪਿੰਡ ਵਾਲੇ ਨੂੰ ਪੈਸੇ ਦੇ ਕੇ ਖੜੇ ਕਿ ਤੁਸੀਂ ਵੀ ਤੁਸੀਂ ਮੇਰੀ ਬੋਰਡ ਤੇ ਖੜੋ ਜਦੋਂ ਨਾਲ ਪਿਆਰ ਨੇ ਮੈਨੂੰ ਪਿਆਰ ਕਰਦੇ ਆਪਾਂ ਖੜੇ ਸੀ ਹੈਨਾ ਆ ਐਂਟਰੀਆਂ ਕਰ ਛੱਡੀਆਂ 17 ਵਿੱਚ ਹੋਏ 2017 ਚ ਕੰਮ ਕਰ ਕਰ ਛੱਡਦੇ ਆ ਕਹਿੰਦਾ ਐਂਟਰੀਆਂ ਕਰ ਛੱਡੀਆਂ 17 ਵਿੱਚ ਹੋਏ ਸਾਰੇ ਸਾਰੇ ਗੋਡੀ ਹੱਥ ਲਾ ਕੇ ਗਏ ਨੇ ਜਿਹੜੇ ਨਾਲ ਲੈ ਕੇ ਹੋਏ ਤੂੰ ਹੁਣ ਘੁੰਮਦਾ ਪਹਿਲਾਂ ਮਿੱਤਰਾਂ ਨਾਲ ਫੋਟੋਆਂ ਖਿਚਾ ਕੇ ਗਏ ਗੱਡੀਆਂ ਨੂੰ ਦੇਖ ਲਈ ਗਰੁੱਪ ਵੱਲ ਰਹੇ ਆ ਆਓ ਗੱਡੀਆਂ ਨੂੰ ਦੇਖ ਲਈ ਗਰੁੱਪ ਵੱਲ ਰਹੇ ਸਿੱਧੂ ਖੜੇ ਜਿਨ੍ਹਾਂ ਨਾਲ ਉਹਨਾਂ ਨਾਲ ਬਹਿੰਦਾ ਆ ਉੱਪਰ ਜਿਹੜੇ ਹੋਏ ਸੌਖਾ ਰੱਬ ਲਾਓ ਹੀ ਮਿਲੂਗਾ ਜੱਟ ਬੇਇੱਜ਼ਤੀ ਕਰਨ ਦੇ ਵੀ
ਲਾਸਟ ਗੱਲ ਸਾਰਿਆਂ ਨੂੰ ਬੇਨਤੀ ਕੋਈ ਗੱਲ ਦੇਖੋ ਤੁਸੀਂ ਇੱਕ ਗੱਲ ਹੈ ਕਿ ਮਤਲਬ ਕਿੰਨਾ ਕੁਛ ਚੇਂਜ ਹੋਇਆ ਨਾ ਸਿੱਧੂ ਨਾਲ ਐਂਟਰੀਜ਼ ਮੈਟਰ ਕਰਨ ਲੱਗ ਗਿਆ ਕਿਹੜੀ ਗੱਡੀ ਦੇ ਚੋਬਰ ਸ਼ੋਅ ਲਾਉਣ ਗਿਆ ਆ ਉਹ ਚੀਜ਼ਾਂ ਮੈਟਰ ਕਰਨ ਲੱਗ ਗਿਆ ਸੋਸ਼ਲ ਮੀਡੀਆ ਦਾ ਬਹੁਤ ਵਧੀਆ ਤਰੀਕੇ ਨਾਲ ਸਿੱਧੂ ਨੂੰ ਮਤਲਬ ਉਹਦਾ ਫਾਇਦਾ ਹੋਇਆ ਇੱਕ ਤਰੀਕੇ ਨਾਲ ਕਿ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਸਿੰਗਰ ਕੀ ਫੇਕ ਕਰਦੇ ਨੇ ਕੀ ਰੀਅਲ ਕਰਦੇ ਕਿਉਂਕਿ ਸਿੱਧੂ ਜ਼ਿਆਦਾਤਰ ਬੋਲਦਾ ਯਾਰ ਕੋਈ ਵੀ ਬੰਦਾ ਆਪਣੇ ਖੇਤਾਂ ਦੇ ਵੀਡੀਓ ਲਿਬੜਿਆ ਠੀਕ ਹੈ ਪਰਨਾ ਲਿਬੜਿਆ ਠੀਕ ਹੈ ਸਾਰਾ ਕੁਝ ਟਰੈਕਟਰ ਚਲਾ ਰਿਹਾ ਬੰਦਾ ਠੀਕ ਆ ਉੱਥੇ ਲਾਈਵ ਉਹ ਅੰਮ੍ਰਿਤ ਮਾਨ ਹੋਰਾਂ ਨੇ ਇੱਕ ਦਿਨ ਗੱਲ ਕਰ ਰਹੇ ਸੀ ਅਤੇ ਕਹਿ ਰਹੇ ਸੀ ਹਾਏ ਯਾਰ ਇੱਧਰ ਵੀ ਭੇਜ ਦਿਉ ਮੀਂਹ ਮਾੜਾ ਜਿਹਾ ਗਰਮੀ ਬਹੁਤ ਆ ਠੀਕ ਹੈ ਉਹ ਸਾਰੀਆਂ ਚੀਜ਼ਾਂ ਮਤਲਬ ਬਹੁਤ ਮੈਟਰ ਕਰਦੀਆਂ ਯਾਰ ਲਾਈਫ 'ਚ ਠੀਕ ਆ ਕਿ ਉਹ ਬੰਦਾ ਬੜਾ ਲਾਗੇ ਸੀ ਸਾਰਿਆਂ ਦੇ ਗਾਣੇ ਕਰ ਲਏ ਯਾਰ ਹਿੱਟ ਹੋ ਗਏ ਯਾਰ ਇਹ ਚੀਜ਼ਾਂ ਸੀਗੀਆਂ ਹੁਣ ਬੜਾ ਉਹ ਚੇਂਜ ਹੋ ਗਿਆ ਹੱਥ ਜੋੜ ਮੰਗਦਾ ਆ ਭਲਾ ਸਭ ਦਾ ਪਰ ਪੱਟ ਲੈਂਦਾ ਜਦੋਂ ਜਿਹੜਾ ਨਾਲ ਖੈਂਦਾ ਆ ਭੁੱਲ ਜੋ ਹੁਣ ਭਲਾਈ ਮਿਲੂਗਾ ਜੱਟ ਬੇਨਤੀ ਕਰਨ ਦੇ ਵੀ ਜ਼ਿੰਦਗੀ ਕਮਲੀਆ ਸਵਾਲ ਲੈਣ ਨੂੰ ਤੁਹਾਨੂੰ ਮੈਂ ਕਹਿੰਦਾ ਸਵਾਲ ਲਓ
ਯਾਰ ਇਹ ਗਾਣਾ ਨਾ ਮਤਲਬ ਫੁੱਲ ਮਾਫੀਆ ਸਟਾਈਲ ਹੋਣਾ ਵਿਆਹ ਜੱਟਦਾ ਠੀਕ ਹੈ ਮਤਲਬ ਇਹ ਚੀਜ਼ ਦਾ ਬੜਾ ਸੀਗਾ ਮਤਲਬ ਕਿ ਇਹ ਗਾਣਾ ਸਿੱਧੂ ਦੇ ਵਿਆਹ 'ਤੇ ਚੱਲਣਾ ਚਾਹੀਦਾ ਮਤਲਬ ਉਸ ਤਰੀਕੇ ਨਾਲ ਜੀ ਵੈਗਨਾਂ 'ਤੇ ਆਉਂਦਾ ਬਾਈ ਸਾਰਾ ਕੁਛ ਥੋੜ੍ਹੀ ਗੈਂਗਸਟਰ ਟੱਚ ਜਿਹਾ ਹੁੰਦਾ ਵਿਆਹ ਵੀ ਬਟ ਚਲੋ ਜੋ ਰੱਬ ਨੂੰ ਮਨਜ਼ੂਰ ਇਟਲੀ 'ਚ ਪੰਜਾਬੀ ਰਹਿੰਦੇ ਆ ਤੇ ਉਹਨਾਂ ਦੇ ਮਤਲਬ ਜਿੱਥੇ ਮਰਜ਼ੀ ਚਲ ਜਾਓ ਪੰਜਾਬੀ ਤੁਹਾਨੂੰ ਟੱਕਰ ਹੀ ਜਾਣਗੇ ਹੈ ਨਾ ਦੇਖੋ ਸਮਝ ਆ ਗਿਆ ਦਾ ਵਿੱਚ ਸਿੱਧੂ ਦੇ ਸ਼ੋ ਇੱਦਾਂ ਗਿਆ ਉੱਪਰ ਨੂੰ ਠੀਕ ਹੈ ਕਈ ਸ਼ੋ ਸੀਗੇ ਉਹ 'ਚ ਸਿੱਧੂ ਕੀ ਸਿੱਧੂ ਸਤਮ ਉੱਪਰ ਹੀ ਗਿਆ ਇਹਦੇ 'ਚ ਕੀ ਸੀਗਾ ਸਿੱਧੂ ਜੇ ਇੱਥਾਂ ਸਮੂਹ ਜਿਹਾ ਉੱਪਰ ਨੂੰ ਗਿਆ ਆ ਠੀਕ ਆ ਅਤੇ ਥੋੜ੍ਹੇ ਠੰਡੇ ਗੀਤ ਗਾਏ ਪਿਆਰ ਜੇ ਫਿਰ ਸਾਰਾ ਰਿਪਲਾਈ ਜਿਹਾ ਕੀਤਾ ਉਸ ਤੋਂ ਬਾਅਦ ਫਿਰ ਜਮ੍ਹਾਂ ਤੱਤੇ ਗੀਤ ਹੈ ਘੈਂਟ ਪੂਰੇ ਖਿੱਚ ਕੇ ਗਾਉਣ ਵਾਲੇ ਉਹ ਚੀਜ਼ ਇਹ ਚੀਜ਼ ਬੜੀ ਘੈਂਟ ਲੱਗਦੀ ਹੈ ਇਹ ਕਲਾਕਾਰਾਂ ਨੂੰ ਇਹ ਚੀਜ਼ ਕਰਦੇ ਆ ਬਹੁਤ ਕਲਾਕਾਰ ਕਰਦੇ ਆ ਰਣਜੀਤ ਬਾਬਾ ਬਾਈ ਹੋਰੀ ਵੀ ਕਰਦੇ ਆ ਕਿ ਨਾ ਪਹਿਲਾਂ ਆਰਾਮ ਥੋੜ੍ਹੇ ਪਿਆਰੇ ਜਿਹੇ ਗੀਤ ਫਿਰ ਉਸ ਤੋਂ ਬਾਅਦ ਉੱਪਰ ਨੂੰ ਖਿੱਚਦੇ ਆ ਠੀਕ ਹੈ ਪੂਰਾ ਘੈਂਟ ਅਤੇ ਹੁਣ ਦੇਖਿਆ ਜਾਵੇ ਤਾਂ ਇਸ ਟਾਈਮ ਵਰਲਡ ਟੂਰ ਚੱਲਣਾ ਸੀਗਾ ਸਿੱਧੂ ਦਾ ਹੈ ਨਾ ਅਤੇ ਬੜਾ ਮਤਲਬ ਹੁੰਦਾ ਦਮਿਸ ਜਿਹਾ ਕਰਦਾ ਬੰਦਾ ਕਿ ਕੋਈ ਡਿਫਰੈਂਟ ਜਿਹੇ ਤਰੀਕੇ ਦੇ ਘੈਂਟ ਜਿਹੇ ਸ਼ੋਅ ਲਾਉਣੇ ਸੀਗੇ ਸਿੱਧੂ ਬਾਈ ਨੇ ਵੀ ਜਿਵੇਂ ਦਲਜੀਤ ਬਾਈ ਹੈ ਕਰਨ ਔਜਲਾ ਲਾ ਰਿਹਾ ਅਤੇ ਉਸ ਤਰੀਕੇ ਨਾਲ ਥੋੜ੍ਹੇ ਜਿਹੇ ਬਟ ਚਲੋ ਸਿੱਧੂ ਬਾਈ ਬਥੇਰਾ ਕੁਛ ਦੇ ਕੇ ਗਿਆ ਤੁਹਾਨੂੰ ਸੁਣੀ ਚਲੋ ਸੁਣੀ ਚਲੋ ਅੱਗੇ ਵੀ ਗੀਤ ਆਉਣਗੇ ਦੇਖਦੇ ਹਾਂ ਹੁਣ ਕਰਦੇ ਅਗਲਾ ਗੀਤ ਕਦੋਂ ਰਿਲੀਜ਼ ਕਰਦੇ ਆ ਕਾਫੀ ਹੱਦ ਤੱਕ ਮੈਨੂੰ ਉਮੀਦ ਹੈ ਕਿ 0008 ਵਾਲਾ ਗਾਣਾ ਆਊਗਾ ਫੋਰਚੂਨਰ ਵਾਲਾ ਅਤੇ ਵੇਟ ਬਾਕੀ ਦੇ ਸੌਲਵ ਮਿਲਦੇ ਛੇਤੀ ਨਵੇਂ ਰਿਐਕਸ਼ਨ ਸਤਿ ਸ਼੍ਰੀ ਅਕਾਲ।